ਮੰਡੀਆਂ ਦੇ ਵਿੱਚ ਕਿਸਾਨਾਂ ਦੀ ਰੁਲ ਰਹੀ ਝੋਨੇ ਦੀ ਫਸਲ ਅਤੇ ਡੀਏਪੀ ਖਾਦ ਦੀ ਸਮੱਸਿਆ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਅਤੇ ਕੇਂਦਰ ਸਰਕਾਰ ਦੇ ਖਿਲਾਫ ਸੂਬੇ ਭਰ ਦੇ ਵਿੱਚ ਪ੍ਰਦਰਸ਼ਨ ਕਰਕੇ ਮੰਗ ਪੱਤਰ ਸੌਂਪੇ ਗਏ। ਅਕਾਲੀ ਦਲ ਨੇ ਸੀਨੀਅਰ ਆਗੂਆਂ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਜੇਕਰ ਮੰਡੀਆਂ ਦੇ ਵਿੱਚ ਤੁਰੰਤ ਕਿਸਾਨਾਂ ਦੀ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਰੋਸ ਪ੍ਰਦਰਸ਼ਨ ਹੋਰ ਵੀ ਤੇਜ਼ ਕੀਤੇ ਜਾਣਗੇ। ਇਸ ਦੇ ਚੱਲਦੇ ਅੰਮ੍ਰਿਤਸਰ ਅਤੇ ਮੋਗਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਬਾਹਰ ਅਕਾਲੀ ਵਰਕਰਾਂ ਵੱਲੋਂ ਪੰਜਾਬ ਅਤੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਅਕਾਲੀ ਆਗੂਆਂ ਨੇ ਇਹ ਵੀ ਕਿਹਾ ਕਿ ਸਰਕਾਰ ਦੇ ਵੱਲੋਂ ਪੰਜਾਬ ਦੇ ਕਿਸਾਨਾਂ ਨਾਲ ਸ਼ਰੇਆਮ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਅਤੇ ਪੰਜਾਬ ਵਿੱਚ ਝੋਨੇ ਦੀ ਖਰੀਦ ਵਿੱਚ ਲਗਾਤਾਰ ਲੁੱਟ ਹੋ ਰਹੀ ਹੈ। ਉੱਥੇ ਦਾ ਡੀਏਪੀ ਦੀ ਕਮੀ ਅਤੇ ਕਾਲਾਬਾਜ਼ਾਰੀ ਨਾਲ ਪੂਰੇ ਪੰਜਾਬ ਦੇ ਕਿਸਾਨਾਂ ਦੀ ਸਮੱਸਿਆ ਬਾਰੇ ਵੀ ਜਾਣੂ ਕਰਵਾਇਆ ਤੇ ਕਿਹਾ ਕਿ ਸਰਕਾਰ ਨੂੰ ਇਸ ਮੁੱਦੇ ਤੇ ਵੀ ਧਿਆਨ ਦੇਣ ਦੀ ਲੋੜ ਹੈ। ਅੱਜ ਸਮੁੱਚੇ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਤਰਫੋਂ ਡਾ ਬਲਵਿੰਦਰ ਸਿੰਘ ਜੀ ਭੂੰਦੜ ਸਾਹਿਬ ਦੇ ਦਿਸ਼ਾ ਨਿਰਦੇਸ਼ 'ਤੇ ਜੋ ਕਿ ਕਿਸਾਨਾਂ ਦੇ ਨਾਲ ਬਹੁਤ ਵੱਡਾ ਧੱਕਾ ਹੋ ਰਿਹਾ ਔਰ ਕਿਸਾਨ ਆਪਣੀ ਪੁੱਤਾਂ ਵਾਂਗ ਪਾਲੀ ਹੋਈ ਫਸਲ ਨੂੰ ਲੈ ਕੇ ਮੰਡੀਆਂ ਦੇ ਵਿੱਚ ਰੋਲ ਰਹੇ ਆ ਔਰ ਸਰਕਾਰ ਇਸ ਗੱਲ ਤੋਂ ਬਿਲਕੁਲ ਬੇਖਬਰ ਹੈ ਕਿਉਂਕਿ ਜਿਹੜੇ ਪ੍ਰਬੰਧ ਸਰਕਾਰ ਨੂੰ ਝੋਨੇ ਦੀ ਫਸਲ ਕੱਟਣ ਤੋਂ ਪਹਿਲਾਂ ਕਰਨੇ ਚਾਹੀਦੇ ਸੀ ਔਰ ਉਹ ਕਰਨ ਦੇ ਵਿੱਚ ਬਿਲਕੁਲ ਅਸਮਰੱਥ ਰਹੀ ਹੈ ਔਰ ਦੂਸਰੇ ਪਾਸੇ ਕਿਸਾਨ ਨੇ ਜਦੋਂ ਕਿ ਅੱਜ ਕਣਕ ਦੀ ਬਿਜਾਈ ਕਰਨੀ ਹੈ ਔਰ ਡੀਏਪੀ ਖਾਦ ਦੀ ਜਿਹੜੀ ਬਹੁਤ ਵੱਡੀ ਕਿਲਤ ਮਾਰਕੀਟ ਦੇ ਵਿੱਚ ਹੈ ਔਰ ਕਾਲਾ ਬਾਜ਼ਾਰੀ ਹੋ ਰਹੀ ਹੈ ਔਰ ਇਸ ਦੇ ਵੱਲ ਸਰਕਾਰ ਨੂੰ ਤੁਰੰਤ ਧਿਆਨ ਦੇਣ ਦੀ ਲੋੜ ਹੈ ਪਰ ਸਰਕਾਰ ਇਹਨਾਂ ਗੱਲਾਂ ਤੋਂ ਬਿਲਕੁਲ ਬੇਫਿਕਰ ਹੈ ਔਰ ਉਹ ਆਪਦੇ ਇਲੈਕਸ਼ਨ ਜਿਵੇਂ ਕਿ ਪਹਿਲਾਂ ਵੀ ਝੂਠ ਦੇ ਪਰਾਂਦੇ ਬੰਨ ਕੇ ਵੇਖ ਪੰਡਾ ਬੰਨ ਕੇ ਜਿੱਤ ਲਈ ਉਸੇ ਤਰ੍ਹਾਂ ਹੁਣ ਵੀ ਇਲੈਕਸ਼ਨਾਂ ਦੇ ਵਿੱਚ ਬਿਜੀ ਹੈ ਔਰ ਮੁੱਖ ਮੰਤਰੀ ਨੂੰ ਕੋਈ ਪਤਾ ਨਹੀਂ ਕਿਉਂਕਿ ਖੇਤੀ ਪ੍ਰਧਾਨ ਸੂਬਾ ਹੈ ਔਰ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੇ ਹਰ ਤੌਰ 'ਤੇ ਕਿਸਾਨ ਦੀ ਮੰਗਾਂ ਨੂੰ ਪਹਿਲ ਦੇ ਆਧਾਰ 'ਤੇ ਰੱਖ ਕੇ ਔਰ ਉਹਨਾਂ ਦੀਆਂ ਲੋੜਾਂ ਨੂੰ ਪੂਰੇ ਕਰਦੇ ਹੋਏ ਆਪਣੀ ਸਰਕਾਰ ਦੇ ਸਮੇਂ ਦੇ ਵਿੱਚ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਨਿਭਾਈਆਂ ਔਰ ਅੱਜ ਵੀ ਸ਼੍ਰੋਮਣੀ ਅਕਾਲੀ ਦਲ ਨੇ ਜੋ ਕਿ ਉਹਨਾਂ ਦਾ ਪਹਿਲਾਂ ਤੋਂ ਲੈ ਕੇ ਖੇਤਰੀ ਪਾਰਟੀ ਦੱਸਿਆ ਹੈ ਕਿ ਜੋ ਸਮੇਂ ਅਨੁਸਾਰ ਜਿੱਥੇ ਕੋਈ ਧੱਕਾ ਹੁੰਦਾ ਹੈ ਉੱਥੇ ਆਵਾਜ਼ ਉਠਾਉਣਾ ਪਹਿਲਾ ਫਰਜ਼ ਸਮਝਿਆ ਹੈ ਔਰ ਅੱਜ ਇਸੇ ਤਰ੍ਹਾਂ ਸਾਰੇ ਪੰਜਾਬ ਦੇ ਵਿੱਚ ਹਲਕਾ ਵਾਈਜ਼ ਜਿਹੜੇ ਧਰਨੇ ਦਿੱਤੇ ਜਾ ਰਹੇ ਹੈ ਔਰ ਮੈਮੋਰੈਂਡਮ ਦਿੱਤੇ ਜਾ ਰਹੇ ਉਸੇ ਸੰਬੰਧ ਦੇ ਵਿੱਚ ਅੱਜ ਹਲਕਾ ਮੋਗਾ ਵਿਖੇ ਵੀ ਹਲਕਾ ਮੋਗਾ ਦੇ ਇੰਚਾਰਜ ਸੰਜੀਤ ਸਿੰਘ ਸਨੀਗਲ ਦੀ ਅਗਵਾਈ ਦੇ ਵਿੱਚ ਇਹ ਜਿਹੜਾ ਕੱਟ ਕੀਤਾ ਗਿਆ ਔਰ ਇਸ ਦੇ ਸੰਬੰਧੀ ਅਸੀਂ ਮੈਮੋਰੈਂਡਮ ਦੇਣ ਪਹੁੰਚੇ ਹਾਂ। ਉਹ ਬਿਲਕੁਲ ਲੋਟੇ ਛੋਟੇ ਹੋ ਗਿਆ ਇਸ ਕਰਕੇ ਲੋਕਾਂ ਨੇ ਇਹ ਮਹਿਸੂਸ ਕੀਤਾ ਕਿ ਪੰਜਾਬ ਹਮੇਸ਼ਾ ਹੀ ਦੇਸ਼ ਦੇ ਨਾਲ ਖੜਾ ਰਿਹਾ ਅਤੇ ਰਹਿਣਾ ਅਤੇ ਕਿਉਂ ਇੱਦਾਂ ਕਰਦੇ ਕਿਉਂਕਿ ਦੂਜੇ ਸੂਬਿਆਂ ਦੇ ਵਿੱਚ ਤੁਸੀਂ ਦੇਖਿਆ ਕਿਤੇ ਰੌਲਾ ਨਹੀਂ, ਕਿਤੇ ਝੋਨੇ ਦਾ ਰੌਲਾ ਨਹੀਂ, ਕਿਤੇ ਖਾਦ ਦਾ ਰੌਲਾ ਨਹੀਂ, ਕਿਤੇ ਨਬੀ ਦਾ ਰੌਲਾ ਨਹੀਂ, ਕਿਤੇ ਦਾਣੇ ਛੋਟੇ ਭੱਜ ਦਾ ਰੌਲਾ ਨਹੀਂ, ਇਕੱਲਾ ਪੰਜਾਬ ਦੇ ਵਿੱਚ ਆ ਅਤੇ ਇਹ ਮਹਿਸੂਸ ਕੀਤਾ ਸੰਤਾਂ ਨੇ, ਸ਼੍ਰੋਮਣੀ ਅਕਾਲੀ ਦਲ ਨੇ ਆਵਾਜ਼ ਚੁਕਾਉਣ ਵਾਸਤੇ ਅੱਜ ਫੈਸਲਾ ਕੀਤਾ ਕਿ 5 ਤਰੀਕ ਨੂੰ ਸਾਰੇ ਪੰਜਾਬ ਦੇ ਵਿੱਚ ਰੋਸ ਧਰਨੇ ਮੁਜ਼ਾਹਰੇ ਨੇ ਉਹ ਹਲਕਾ ਵਾਈਜ ਜਾਂ ਸ਼ਹਿਰੀ ਜੱਥੇ ਜਿਹੜੇ ਨਾਲ ਉਹ ਵਰਤੇ ਜਿਹੜੇ ਸਾਰੇ ਕਰਮ ਹੈ ਅਤੇ ਅੱਜ ਉਹ ਲੋਕਾਂ ਦੀ ਆਵਾਜ਼ ਜਿਹੜੀ ਆ ਕਿਸਾਨ ਵੀਰਾਂ ਦੀ ਜਾਂ ਮਜ਼ਦੂਰਾਂ ਦੀ ਸਾਰਿਆਂ ਦੀ ਪੰਜਾਬ ਦੀ ਪੰਜਾਬੀਅਤ ਦੀ ਉਹ ਪਹੁੰਚਾਈ ਆ ਵੀ ਇਹਨਾਂ ਦਾ ਕਸੂਰ ਕੀ ਆ ਸਰਕਾਰਾਂ ਇਹਨਾਂ ਲੋਕਾਂ ਨੇ ਬਣਾਈਆਂ ਨੇ ਅਤੇ ਸਰਕਾਰਾਂ ਬਣਾਈ ਦੀਆਂ ਤਾਂ ਹੈ ਕਿ ਮਤਲਬ ਪੰਜਾਬ ਦੇ ਵਿੱਚ ਦੇਸ਼ ਦੇ ਵਿੱਚ ਖੁਸ਼ਹਾਲੀ ਹੋਵੇ, ਸ਼ਾਂਤੀ, ਭਾਈਚਾਰਾ, ਸਾਂਝ ਹੋਵੇ ਅਤੇ ਲੋਕ ਖੁਸ਼ਹਾਲ ਹੋਣ ਅਤੇ ਦੇਸ਼ ਦੇ ਨਾਲ ਹੋਰ ਵੀ ਚੰਗਾ ਕਿਸਾਨ ਖੜੇ ਹੋਣ, ਪੰਜਾਬ ਦੇ ਨਾਲ ਖੜੇ ਹੋਣ। ਇਸ ਕਰਕੇ ਪਹਿਲੀ ਵਾਰੀ ਵੇਖਿਆ ਕਿ ਪੰਜਾਬ 'ਚ ਇੰਨੀ ਨਿਕੰਮੀ ਸਰਕਾਰ ਜਿਹੜੀ ਬਣ ਗਈ ਇਹ ਸੈਂਟਰ 'ਚ ਵੀ ਜਾ ਕੇ ਆਪਣਾ ਪੱਖ ਪੇ ਜਿਹੜਾ ਸਹੀ ਢੰਗ ਦੇ ਨਾਲ ਸਹੀ ਸਮੇਂ ਦੇ ਮੁਤਾਬਕ ਨਹੀਂ ਕਰ ਸਕੇ। ਇਸ ਕਰਕੇ ਮੈਂ ਸਮਝਦਾ ਕਿ ਇੰਨੀਆਂ ਵੱਡੀਆਂ ਪਰੇਸ਼ਾਨੀਆਂ ਕਾਰਨ ਤੁਸੀਂ ਸਾਫ ਸਮਝਦੇ ਨੀਤ ਜਦੋਂ ਭਾਵੇਂ ਸਰਕਾਰ ਹੋਵੇ ਭਾਵੇਂ ਬੰਦਾ ਹੋਵੇ ਜਦੋਂ ਉਧਰੋਂ ਨੀਤ ਸਾਫ ਨਾ ਹੋਵੇ ਉਹਨਾਂ ਚਿਰ ਗੱਲ ਨਹੀਂ ਪਾਉਂਦੀ। ਜੇ ਕੰਮ ਕਰਨਾ ਆਉਂਦਾ ਹੋਵੇ ਨੀਤ ਸਾਫ ਹੋਵੇ ਤਾਂ ਪਹਿਲਾਂ ਹੀ ਸਿਰ 2 ਮਹੀਨੇ ਮੀਟਿੰਗਾਂ ਕਰਕੇ ਤਾਲਮੇਲ ਕਰਕੇ ਮੁੱਖ ਮੰਤਰੀ ਸਾਹਿਬ ਜਾਂਦੇ ਹੋਰ ਸਾਰੇ ਜਾਂਦੇ ਇਹ ਪ੍ਰਬੰਧ ਪਹਿਲਾਂ ਕਰਨੇ ਚਾਹੀਦੇ ਸੀ ਜਦੋਂ ਕਿ ਹੁਣ ਆਣ ਕੇ ਮੌਕੇ ਦੇ ਹਿਸਾਬ ਦੇ ਨਾਲ ਹੱਥ ਪੱਲਾ ਮਾਰ ਰਹੇ ਆ ਪਰ ਉਹ ਗੱਲ ਬਣ ਨਹੀਂ ਰਹੀ। 1.5-2 ਮਹੀਨੇ ਤੋਂ ਮੰਡੀਆਂ ਦੇ ਲੋਕ ਰੋਲ ਰਹੇ ਅੱਜ ਮੇਰਾ ਹਾਲ ਹੋਰ ਸਮਾਂ ਲੱਗਣਾ ਸੈਲਰਾਂ ਦੀ ਆਪਣੀ ਪਰੇਸ਼ਾਨੀ ਉਹਨਾਂ ਦੀ ਪਰੇਸ਼ਾਨੀ ਨਾ ਸਮਝ ਨਹੀਂ ਉਹਨਾਂ ਨਾਲ ਮੀਟਿੰਗਾਂ ਲੱਗੀਆਂ ਨਹੀਂ ਉਹਨਾਂ ਦੇ ਸੈਲਰ ਅੱਗੇ ਭਰੇ ਹੋਏ ਚੌਲਾਂ ਦਾ ਮਸਲਾ ਬਣਿਆ ਬਿੱਠਾ ਉਹਨਾਂ ਦਾ ਉਹੀ ਸੈਂਟਰ ਪੰਜਾਬ ਨਾਲ ਖੋਲ੍ਹਦੇ ਉਹ ਲਿਫਟਿੰਗ ਦਾ ਵੀ ਇੱਥੇ ਮਸਲਾ ਬਣਿਆ ਮੰਡੀਆਂ ਦੇ ਵਿੱਚ ਅਖਬਾਰ ਲੱਗੇ ਪਏ ਮੰਡੀਆਂ ਦੇ ਵਿੱਚ ਝੋਨੇ ਦੇ ਉਹ ਵੀ ਨਹੀਂ ਚੱਕ ਰਹੇ। ਇਸ ਕਰਕੇ ਕਾਫੀ ਲੰਮਾ ਜੋੜਾ ਇਹ ਕੰਮ ਸੀ ਜਿਹੜਾ ਕਿ 2-3 ਮਹੀਨੇ ਪਹਿਲਾਂ ਦੀ ਤਿਆਰੀ ਜਿਹੜੀ ਉਹ ਪੰਜਾਬ ਸੈਂਟਰ ਦੇ ਨਾਲ ਤਾਲਮੇਲ ਕਰਨਾ ਹੁੰਦਾ ਜਿਸ ਤਰ੍ਹਾਂ ਪਹਿਲਾਂ ਸਾਡੇ ਸਰਕਾਰੀ ਉਹ ਮੁੱਖ ਮੰਤਰੀ ਸਾਡੇ ਸਾਬਕਾ ਮਤਲਬ ਸਾਹਿਬ ਪ੍ਰਕਾਸ਼ ਸਿੰਘ ਬਾਦਲ ਸਾਹਿਬ ਉਹ 3-3 ਮਹੀਨੇ ਪਹਿਲਾਂ ਹੀ ਲਾ ਪੈਂਦੇ ਹੁੰਦੇ ਮੀਟਿੰਗਾਂ ਲੈਣ ਪੰਜਾਬ ਦੀਆਂ ਵੀ ਸੈਂਟਰ ਦੇ ਨਾਲ ਵੀ ਅਤੇ ਇੰਨਾ ਕਦੇ ਨਹੀਂ ਰੌਲਾ। ਇਹ ਪਹਿਲੀ ਵਾਰੀ ਹੋਇਆ ਕੋਈ ਇੰਨਾ ਵੱਡਾ ਪੰਜਾਬ ਦੇ ਪੱਧਰ 'ਤੇ ਕਿਸਾਨ ਵੀ ਪਰੇਸ਼ਾਨ ਘਰਾਂ 'ਚ ਨਹੀਂ ਜਾ ਰਹੇ ਮੰਡੀਆਂ 'ਚ ਮਜ਼ਦੂਰ ਵੀ ਵਿਹਲੇ ਬੈਠੇ ਹੋਏ ਸਾਰਾ। ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਨੇ ਮਹਿਸੂਸ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਪਹਿਰੇ ਨਾਲ ਬਣ ਕੇ ਸ਼ੁਰੂ ਤੋਂ ਲੈ ਕੇ ਅੱਜ ਤੱਕ ਪਹਿਰੇ ਨਾਲ ਪੰਜਾਬ ਦਾ ਬਣਿਆ ਕਿ ਕੋਈ ਵੀ ਗੱਲ ਹੋਈ ਹੈ ਕੋਈ ਵੀ ਪਰੇਸ਼ਾਨੀ ਹੋਈ ਹੈ ਸ਼੍ਰੋਮਣੀ ਅਕਾਲੀ ਦਲ ਨਾਲ ਖੜਾ ਹੋਇਆ ਅੱਜ ਵੀ ਉਹਦਾ।
मौके ते मौजूद प्रशासनिक अधिकारियों ने अकाली आगुआं नूं विश्वास दवाया कि उन्हां दीआं मंगां सरकार तक पहुंचाउणगे ते जल्द ही मसला हल किया जाएगा। अमृतसर तो मुकेश मेहरा, मोगा तो संजीव कुमार अरोड़ा की रिपोर्ट, द टीवी NRI।